ਸਤਿ ਸ਼੍ਰੀ ਅਕਾਲ ਦੋਸਤੋ ਲਓ ਬਈ ਅੱਜ ਤੁਹਾਨੂੰ ਉੱਥੇ ਲੈ ਕੇ ਆਇਆ ਜਿੱਥੇ ਦੁਨੀਆਂ ਭਰ ਦੇ ਗੋਰੇ ਮੈਂ ਦਿਖਾਉਣਾ ਤੁਹਾਨੂੰ ਗੋਰਿਆਂ ਭਰ ਦੇ ਗੋਰੇ ਚੀਨੀ ਮਾਲਾ ਸਾਰੇ ਦੇ ਸਾਰਾ ਯਾਰ ਜਿੰਨਾ ਮੁਲਕ ਆ ਇੱਥੇ ਉਮੜਦਾ ਬਾਈ ਇਹ ਹੈਗੀਆਂ ਬਾਤੂ ਗੁਫਾਵਾਂ ਠੀਕ ਆ ਆਹ ਫੋਟੋ ਤੁਸੀਂ ਦੇਖਿਆ ਹੋਣਾ ਤੁਸੀਂ ਨੈੱਟ ਨੁੱਟ 'ਤੇ ਕੱਢੋ ਅਰਬਾਂ ਲੋਕ ਦੇਖਦੇ ਆ ਖਰਬਾਂ ਇਹ ਸਾਰਾ ਚੀਜ਼ ਇਹ ਪੂਰਾ ਪੂਰਾ ਨਾ ਮੰਨ ਲਓ ਉੱਥੋਂ ਆਪਾਂ ਗਏ ਹਨੂੰਮਾਨ ਜੀ ਦੀ ਮੂਰਤੀ ਆ ਨਾਲ ਮੰਦਰ ਆ ਹੈ ਨਾ ਅਤੇ ਇਹ ਜਿਹੜਾ ਹੈਗਾ ਸ੍ਰੀ ਸੁਬਰਾਮਨੀਅਰਸ ਜਿਹੜੇ ਕਿ ਆਹ ਜਿਹੜਾ ਵੱਡਾ ਜਿਹੜਾ ਸਟੈਚੂ ਲੱਗਦਾ ਦਿਖਦਾ ਨਾ ਤੁਹਾਨੂੰ ਸਾਹਮਣੇ ਇਹ ਹੈਗਾ ਭਗਵਾਨ ਸ਼ਿਵ ਜੀ ਦੇ ਜਿਹੜੇ ਹੈਗੇ ਆ ਮਤਲਬ ਦੋ ਮੁੰਡੇ ਸੀ ਕਹਿੰਦੇ ਵੀ ਇੱਕ ਤਾਂ ਗਣੇਸ਼ ਜੀ ਤਾਂ ਸਾਰੇ ਜਾਣਦੇ ਆ ਹੈ ਨਾ ਇਹ ਉਹਨਾਂ ਦਾ ਸਟੈਚੂ ਜਿਹੜਾ ਦੂਜਾ ਮੁੰਡਾ ਸੀਗਾ ਬਾਈ ਠੀਕ ਆ ਅਤੇ ਇੱਥੇ ਤੁਹਾਨੂੰ ਦਿਖਾਊਂਗਾ ਗੁਫਾਵਾਂ ਅੰਦਰ ਜਾ ਕੇ ਬਾਈ ਮਾੜਾ ਚੱਲਦੀ ਚੱਲਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਹੀ ਗੱਲ ਹੈ ਬਾਰਡਰ ਰੱਖਣ ਵਾਲਿਆ 100 ਗਰੁੱਪਾਂ ਸ਼ੇਅਰ ਮਾਰ ਦਿਓ ਬੰਦਾ 100 ਜੁੜ ਗਿਆ ਅਤੇ ਘੱਟੋ ਘੱਟ ਕਰ ਦਿਓ 1000 ਬਾਈ ਬਣ ਕੇ ਸਾਰਿਆਂ ਨੇ 10-10 ਗਰੁੱਪਾਂ ਮਾਰੋ ਹਜੇ ਚਲਾਇਆ ਕੰਮ ਅਤੇ ਤੁਹਾਨੂੰ ਬੁਲਾਊਂ ਗੋਰਿਆਂ ਨਾਲ ਅਤੇ ਉਹ ਬੰਦੇ ਆ ਵੀ ਜਿਹਦੇ ਕਰਕੇ ਅਸੀਂ ਆਏ ਹਾਂ ਸਾਡੇ ਆਪਾਂ ਕਹਿੰਦੇ ਸਾਡੇ ਪੰਜਾਬੀ ਭਰਾ ਪਾਕਿਸਤਾਨੀ ਭਰਾ ਦੇ ਹੋਰ ਹੈ ਨਾ ਇੱਥੇ ਦਿਖਾਉਣਾ ਪਹਿਲਾਂ ਤਾਂ ਪਾਉਂਦਾ ਗੋਰਿਆਂ ਨਾਲ ਕਬੂਤਰਾਂ ਨਾਲ ਬੜਾ ਪਿਆਰ ਆ ਯਾਰ ਪਤਾ ਨਹੀਂ ਕੀ ਗੱਲ ਆ ਜਿੱਥੇ ਮਰਜ਼ੀ ਜਾਵੜੋ ਦੇਖ ਲਾ ਆਹ ਦੇਖ ਲੈਣਾ ਆਹ ਤਾਂ ਆਪਣੇ ਵਾਲੇ ਹੀ ਲੱਗਦੇ ਆ ਹਜੇ ਬਾਈ ਬੱਲੇ ਬੱਲੇ ਅਸੀਂ ਦੇਖਿਆ ਤਾਂ ਲੈ ਧਾਲੀ ਵਾਲਾ ਫਿਰ ਹੋਰਾਂ ਨੂੰ ਦਿਖਾ ਦੇ ਕਰਕੇ 6 ਰੁਪਏ ਦੱਬ ਕੇ ਠੀਕ ਹੈ ਅਤੇ ਆਹ ਆਪਾਂ ਕਹਿੰਦੇ ਇੱਥੇ ਕਬੂਤਰ ਕਬੂਤਰ ਜਿਹਾ ਅਤੇ ਆਹ ਦਾਣੇ ਪਾਉਣ ਵਾਲਾ ਖੜਾ ਬਾਈ ਨਾਲ ਮੈਨੂੰ ਲੱਗਦਾ ਹੈ ਨਾ ਅਤੇ ਇੱਧਰੋਂ ਅੜਾਈ ਤੁਰ ਆਉਂਦੇ ਆ ਮੰਤਰ ਆਹ ਫੋਟੋਆਂ ਖਿੱਚੀ ਜਾਂਦੇ ਆ ਠੀਕ ਹੈ ਅਤੇ ਇੱਧਰੋਂ ਆਹ ਮਾਲਾ ਵੀ ਇਹ ਉਹ ਮੇਰੇ ਨਾਲ ਸਿਰ 'ਤੇ ਭਾਅ ਜੀ ਆਹ ਜਿਹੜੇ ਮਾਲਾ ਇਹ ਜਿਹੜੇ ਹੈਗੇ ਆ ਮਲਵਾਰੀ ਵਿਆਹ ਕਰਾਉਂਦੇ ਆ ਅਤੇ ਮਾਲਾ ਦਾ ਇੱਥੇ ਫੋਟੋਆਂ ਖਿਚਾਉਂਦੇ ਆ ਆਹ ਜਿਹੜਾ ਰੰਧਾਵੇ ਦੀ ਆਖਦੇ ਨਾ ਸੁੱਜੇ ਜੇ ਮੂੰਹ ਵਾਲਿਆ ਦੁਨੀਆਂ 'ਚ ਸਭ ਤੋਂ ਵੱਧ ਹੈ ਜਿਵੇਂ ਆਣ ਚੀਨੀ ਦੇ ਕੀ ਕਹਿੰਦਾ ਕਹਿੰਦਾ ਸੁੱਜੇ ਜੇ ਮੂੰਹ ਵਾਲਾ ਰੰਧਾਵਾ ਦੁਨੀਆਂ ਸਾਰਿਆਂ ਨਾਲੋਂ ਵੱਧ ਹੈ ਗੋਰਿਆਂ ਤੋਂ ਵੀ ਵੱਧ ਹੈ ਨਾ ਹੈ ਨਾ ਇਹ ਬਾਹਲੇ ਆ ਯਾਰ ਸਾਥ ਆ ਕੋਈ ਗੱਲ ਨਹੀਂ ਅਸੀਂ ਤਾਂ ਪਿੱਕ ਹੀ ਆ ਸੋਰੀ ਸੋਰੀ ਕਿੱਥੇ ਆ ਅਤੇ ਉਹ ਕਹਿੰਦੀ ਸੋਰੀ ਮੈਂ ਕਿਹਾ ਆਪਾਂ ਤਾਂ ਪਿੱਕ ਹੀ ਆ ਹਜੇ ਅਤੇ ਉਹ ਦੇਖ ਇੱਧਰ ਪਾਸੇ ਕਈ ਗੋਰੇ ਬਹੁਤ ਦੇਖਣ ਆਉਂਦੇ ਯਾਰ ਹੈ ਨਾ ਆਹ ਦੇਖ ਰੰਧਾਵਾ ਗੋਰੇ ਮੋਟੇ ਹੁੰਦੇ ਆ ਜਿਹੜੇ ਇਹ ਆ ਯਾਰ ਚੀਨੀ ਜਿਹੇ ਨਾ ਇਹ ਪਤਲੇ ਹੁੰਦੇ ਆ ਯਾਰ ਇਹ ਬਾਹਲੇ ਫਿੱਟ ਹੁੰਦੇ ਆ ਬਾਈ ਅਤੇ ਇੱਧਰਲੇ ਪਾਸੇ ਨੂੰ ਥੱਲੇ ਦਿਖਾਉਣੇ ਆ ਆਹ ਮੰਦਰ ਬਣਿਆ ਪਿਆ ਬਾਈ ਠੀਕ ਆ ਮੱਸੀ ਨਹੀਂ ਲੈ ਕੇ ਦਿੰਦੇ ਰੰਧਾਵੇ ਨੂੰ ਇਹ ਮੁੜ ਕੇ ਭੱਜ ਜੂਗਾ ਕਿਉਂਕਿ ਪਿੰਡ ਜਾਣੇ ਤਾਂ ਮੱਸੀ ਖਾ ਲਈ ਅਤੇ ਸਭ ਤੋਂ ਵੱਡੀ ਦੋ ਗੱਲਾਂ ਦੇ ਕਰਕੇ ਆ ਕਈ ਬੰਦੇ ਵੇਚਣਾ ਯਾਰ ਅੜ ਗਿਆ ਸੀ ਆਹ ਜੇ ਕਹਾਂ ਜਿਹੜਾ ਜਿੰਨਾ ਵੀ ਅਸੀਂ ਦੁਨੀਆਂ ਘੁੰਮਦੇ ਹਾਂ ਸਿਰਫ ਦੋ ਬੰਦਿਆਂ ਦੇ ਸਿਰ 'ਤੇ ਇੱਕ ਪੰਜਾਬੀਆਂ ਦੇ ਸਿਰ 'ਤੇ ਇੱਕ ਪਿਆਰ ਕਰ ਰਹੇ ਸਿਰ 'ਤੇ ਆਹ ਸਾਡੇ ਦੋ ਭਰਾ ਇੱਕ ਪਾਕਿਸਤਾਨ ਤੋਂ ਆ ਅਤੇ ਇੱਕ ਹੈਗਾ ਇੰਡੀਆ ਤੋਂ ਆਹ ਲਾਲ ਟੋਪੀ ਵਾਲਾ ਸਾਡਾ ਭਰਾ ਠੀਕ ਆ ਇਹ ਸਾਡੇ ਬਠਿੰਡੇ ਤੋਂ ਹੈ ਅਤੇ ਆਹ ਜਿਹੜਾ ਮੁੰਡਾ ਪਠਾਨ ਹੈ ਇਹ ਹੈਗਾ ਪਾਕਿਸਤਾਨ ਤੋਂ ਬਾਈ ਠੀਕ ਹੈ ਇਹਨਾਂ ਨਾਲ ਅੱਜ ਪੂਰਾ ਦਿਨ ਘੁੰਮਣਾ ਇਹਨਾਂ ਨੇ ਘੁੰਮਾਉਣਾ ਸਾਰਿਆਂ ਸਾਰਾ ਅਤੇ ਮੈਂ ਤੁਹਾਨੂੰ ਕਹਿਣਾ ਵੀ ਇਹ ਆਪਦੇ ਟੋਪਾਂ ਟੂਪਾਂ ਲਾਈ ਫਿਰਦੇ ਆ ਕੰਮ ਠੀਕ ਹੈ ਕੀ ਹਾਲ ਆ ਫਿਰ ਠੀਕ ਹੈ ਆਹ ਦੇਖਿਆ ਪਠਾਣਾਂ ਦੀ ਟੋਪੀ ਟੂਪੀ ਹੁੰਦੀ ਆ ਬਾਈ 3000 ਦੀ ਡਾਈ ਤੁਰ ਆਉਂਦਾ ਮੰਤਰ ਹੈ ਨਾ ਹੈ ਨਾ ਅਤੇ ਇੱਧਰਲੇ ਪਾਸਿਓਂ ਸਾਡੇ ਯਾਰ ਬਠਿੰਡੇ ਵਾਲੇ ਹੈ ਉਹ ਠੀਕ ਹੈ ਕਹਿਵੇਂ ਅਤੇ ਇੱਧਰ ਬਠਿੰਡਾ ਯਾਰ ਜਿਹੜੇ ਆਹ ਚੀਨੀ ਜੀ ਇਹ ਦੁਨੀਆਂ ਸਭ ਤੋਂ ਵੱਧ ਆ ਮੈਨੂੰ ਲੱਗਦਾ ਹੈ ਨਾ ਹੈ ਯਾਰ ਨਾ ਇਹ ਵੱਧ ਨਾ ਇਹ ਨਾ ਬਾਹਲੇ ਮੋਟੇ ਹੁੰਦੇ ਨਾ ਪਤਲੇ ਹੁੰਦੇ ਇਹ ਪਤਲੇ ਬਾਹਲੇ ਫਿੱਟ ਫੁੱਟ ਕੇ ਕਿਉਂ ਰਹਿੰਦੇ ਯਾਰ ਉਹ ਰੱਬ ਨੂੰ ਪਤਾ ਦੇਖ ਇਹ ਵੀ ਟਿਕਟੋਕ ਦੇ ਡਾਈ ਤੁਰ ਆਉਂਦੇ ਹੁਣ ਮੰਤਰ ਫਿਟਿੰਗ ਬਹੁਤ ਰੱਖਦੇ ਆ ਆਇਆ ਆਪਣੇ ਯਾਰ ਆਹ ਇਹਦੇ ਉੱਤੇ ਤਾਂ ਚੜ੍ਹਨਾ ਆਹ ਹੈਗਾ ਬਾਬੇ ਦਾ ਉਹ ਦਿਖਾ ਦੇ ਸਟੈਚੂ ਯਾਰ ਆਹ ਭਾਈ ਸਾਡਾ ਗੱਗੀ ਗੱਗੀ ਖਿੱਚਦੇ ਕੰਮ ਹੈ ਨਾ ਗੱਗੀ ਤੂੰ ਵੀ ਛਤਰੀ ਜੀ ਲੈ ਕੇ ਖਿਚਾਲਾ ਫੋਟੋ ਡਾ ਦੇ ਮੰਤਰ ਕੁਛ ਨਹੀਂ ਹੁੰਦਾ ਕਾਹਨੂੰ ਐਵੇਂ ਗਾਲਾਂ ਦਵਾਏਗਾ ਘਰੋਂ ਇਹ ਯਾਰ ਅਸੀਂ ਇਹ ਸਾਰੀਆਂ ਚੀਜ਼ਾਂ ਵੈਸੇ ਹੱਸਦੇ ਖੇਡਦੇ ਕਰਦੇ ਹਾਂ ਬਾਈ ਆਸ ਨੂੰ ਆਸੇ ਪਾਸੇ ਦਿਖਾ ਕੇ ਲਓ ਯਾਰ ਘਰੇ ਬੈਠਣ ਨੂੰ ਮਲੇਸ਼ੀਆ ਦਿਖਾਈ ਜਾਂਦੇ ਆ ਹੋਰ ਦੱਸੋ ਤੁਹਾਨੂੰ ਕੀ ਦੇਵੇਗੇ ਠੀਕ ਹੈ ਇੰਨੇ ਲੋਕ ਪਤਾ ਨਹੀਂ ਕਿੰਨੇ ਵੀਜ਼ੇ ਲੈ ਕੇ ਆਉਂਦੇ ਆ ਹੈਂ ਸਾਰੇ ਦੇ ਦਿਖਾਵਾਂਗੇ ਇੱਕ ਬਾਈ ਮੈਂ ਤੁਹਾਨੂੰ ਦੱਸ ਦਿਆ ਆਫਰ ਹੈਗਾ ਰੰਧਾਵੇ ਦੇ ਮੇਰੇ ਵੱਲੋਂ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰੂਗਾ ਵੀਡੀਓ ਨੂੰ ਬਾਈ ਉਹਨੂੰ ਅਗਲੇ ਦੇਸ਼ ਨਾਲ ਲੈ ਕੇ ਜਾਵਾਂਗੇ ਹੈਂ ਕਰ ਦਿੰਦਾ ਬਾਈ ਕਰ ਦਿੰਦਾ ਅੱਖ ਅੱਖੇ ਚ ਬਾਈ ਦਾ ਦੱਸ ਕੀ ਕਹਿੰਦਾ ਬਾਈ ਆ ਗੱਗੀ ਕੱਟੀ ਫੋਨ ਓਏ ਤੇ ਇਧਰੋਂ ਲੈ ਦੰਦ ਕੱਢਦੀ ਆ ਬੁੜੀ ਤੇ ਇਧਰਲੇ ਪਾਸੇ ਬਾਈ ਆ ਦੂਜੇ ਆ ਗਏ ਤੇਰੇ ਯਾਰ ਮੈਨੂੰ ਲੱਗਦਾ ਅਫਰੀਕਾ ਫਰੂਕਾ ਵਾਲੇ ਇਹ ਹੈਗੇ ਆ ਆਹ ਘੁੰਮਣ ਆਉਂਦੇ ਆ ਆਪਾਂ ਚੱਲਦੇ ਆ ਬਾਬਾ ਉੱਚਾ ਹੀ ਬਾਲਾ ਬਣਾਤਾ ਬਾਬਾ ਤੂੰ ਹੈ ਨਾ ਤੇ ਲਾਇਆ ਬਾਈ
ਓਏ ਰਣਾਵੇ ਆ ਬੁੜੀ ਘੱਟੋ ਘੱਟ 80-85 ਸਾਲ ਦੀ ਹੋਣੀ ਆ ਆਪਣੇ ਵਾਲੇ ਤਾਂ ਪੈਂਟ ਸ਼ਰਟ ਲਾ ਕੇ ਰਿਟਾਇਰ ਹੋ ਜਾਂਦੇ ਇਹ ਭੱਜੇ ਫਿਰਦਾ ਚੀਨੀ ਹਨਾ ਢਾਈ ਤਲਵਾਂ ਮੰਤਰ ਹਨਾ ਨਾਲ ਲੈ ਕੇ ਜਾਵਾਂਗੇ ਲਓ ਬਾਈ ਆ ਦਿਖਾ ਕੇ ਉਹ ਦਿਖਾਉਣਾ ਤੁਹਾਨੂੰ ਗੁਫਾਵਾਂ ਦਿਖਾਉਣੀਆਂ ਢਾਈ ਤਲਵਾਂ ਮੰਤਰ ਲਓ ਬਾਈ ਫਿਰ ਅੱਗੇ ਚੱਲਦੇ ਹਾਂ ਹੈ ਕਹਿੰਦਾ ਪੌੜੀ ਪੌੜੀ ਮੈਨੂੰ ਲੱਗਦਾ ਯਾਰ ਆਪਾਂ ਇੱਧਰ ਦੇਖੋ ਤੇਰੇ ਯਾਰ ਬੰਦ ਰਹਿਣਾ ਆ ਗਏ ਬਾਈ ਸਿਸਟਮ ਹੀ ਬਹੁਤ ਵੱਡਾ ਬਾਈ ਉੱਚੋ ਤੱਕ ਜਾਣਾ ਉਹ ਇੰਨੇ ਓਏ ਵਧਾਵਿਆ ਬਾਂਦਰ ਹੀ ਬਹੁਤ ਓਏ ਬਾਂਦਰ ਪਏ ਵੀ ਉਹ ਇੱਕ ਤਾਂ ਪਿੱਛੇ ਫੇਰਨਾ ਗਈ ਹਾਂ ਓਹੋ ਹੋ ਹੋ ਬੱਲੇ 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 ਕੋਟਲੀ ਹਾਂ ਥੱਲੇ ਲਿਖੀ ਜਾਂਦੇ ਵਰਲਡ ਟੂਰ ਵਾਲੇ ਲਾ ਕੇ ਵਰਲਡ ਟੂਰ ਵਾਲੇ ਵੱਜਣਾ ਚੋ ਇਹਨਾਂ ਹੀ ਡਾਲ ਜਾਂਗੇ ਮੰਤਰਾ ਵਰਲਡ ਬੋਲਡ ਕੀ ਆਪਾਂ ਚੰਦ ਚੁੰਦ ਵੀ ਦਿਖਾਵਾਂਗੇ ਟੈਨਸ਼ਨ ਕੋਈ ਨਹੀਂ ਚੰਦ ਤੇ ਵੀ ਬੰਤੇ ਆ ਐਡਾ ਕੋਈ ਜਿਹੜਾ ਕਿੱਥੇ ਓਏ ਮੈਨੂੰ ਲੱਗਦਾ ਯਾਰ ਤਾਂ ਜਾਂਦੇ ਆਪਾਂ ਵੈਸੇ ਕਮਲੇ ਸਿੰਘ ਰਣਾਵੇ ਵਾਕਈ ਯਾਰ ਬਾਲੀਆਂ ਤਗੜੀਆਂ ਗੁਫਾਵਾਂ ਬਾਈ ਇੱਧਰ ਇਹ ਭਾ ਪਹਾੜ ਐਂ ਲੱਗਦਾ ਜਾਂ ਬੋਰਡ ਦੀਆਂ ਦਾੜੀਆਂ ਜਾਂ ਵਧੀਆਂ ਹੁੰਦੀਆਂ ਨਾ ਤੇ ਉਵੇਂ ਆ ਬਾਈ ਓਹੋ ਯਾਰ ਆਹ ਦੇਖੋ ਦੇਖਣਾ ਗੋਰੇ ਤਾਂ ਆ ਗਏ ਊਣਾ ਡਿੱਗ ਪ ਕੇ ਥੱਲੇ ਵਾਹਵਾ ਉੱਚੇ ਚੜ੍ਹ ਗਏ ਉਹਨਾਂ ਤੋਂ ਲੱਗਦਾ ਬਲੇ ਬਲ ਇਹਨਾਂ ਨੂੰ ਮਾ ਸਾਹ ਚੜਨ ਲੱਗ ਗਿਆ ਤਾਂ ਔਖੇ ਜਾਵਾਂਗੇ ਬੱਲੇ 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 ਹਾਂ ਦੇਖ ਤੇਰੇ ਯਾਰ ਚੀਨੀ ਜੇ ਹਾਂ ਦੇ ਹਾਂ ਪਠਾਣ ਦੇ ਕੰਮ ਦੇਖ ਲਓ ਪਠਾਣਾ ਟੋਪੀ ਜੀ ਲਾ ਕੇ ਲੈ ਜੂ ਤੇਰੀ ਪਠਾਣਾ ਹਾਂ ਪਠਾਣਾ ਹਾਤਰਾ ਬਣਾਓ ਕਿਹੜਾ ਚਾਚੇ ਦਾ ਮੁੰਡਾ ਉਹਦੇ ਦਾ ਫੋਨ ਜਾਣਾ ਪੜ ਲੈ ਤੇਥੋਂ ਇਹ ਲੰਗੂਰ ਆ ਤੇ ਬਾਂਦਰ ਆ ਯਾਰ ਇਹ ਪੰਗੇ ਨਾ ਲੈ ਦੇਖ ਲਾ ਇਹ ਆ ਪਠਾਣਾ ਦੇ ਕੰਮ ਆ ਦੇਖੋ ਥੱਲੇ ਸ਼ਹਿਰ ਬਾਈ ਤੇ ਇਧਰੋਂ ਬਾਬੇ ਦਾ ਵੀ ਬੁੱਤ ਬਹੁਤ ਵੱਡਾ ਲਾਇਆ ਇਹਨਾਂ ਨੇ ਹਨਾ ਯਾਰ ਮੈਨੂੰ ਲੱਗਦਾ ਰੰਧਾਵਾ ਤਾਂ ਨਹੀਂ ਚੜਾ ਜਾਣਾ ਮਾਂ ਕਹਿਣਾ ਬਹੁਤ ਦਿਖਾ ਦਿਆ ਯਾਰ ਤੇ ਚੜ੍ਹ ਦੇ ਗਏ ਥੋੜਾ ਚੱਲ ਗਾ ਫਿਰ ਥੱਲੇ ਆਉਣਤੀ ਆ ਨਹੀਂ ਅੰਦਰ ਉਹਦਾ ਢਾਲ ਹੋਊਗੀ ਹਾਂ ਆ ਦੇਖ ਆਪਣੇ ਆਪ ਹੀ ਉਤਰੀ ਜਾਂਦੇ ਜਿਹੜੇ ਚੱਲ ਕੇ ਰਾਂ ਚੜਾਂਗੇ ਤਾਂ ਹਾਂ ਇਹ 84 ਲੋਕ ਇਹਨਾਂ ਦਾ 84 ਪੌੜੀਆਂ ਨਾ ਤਾਂ ਮੈਂ ਲਾਸ ਪੌੜੀਆਂ ਆਣ ਕੇ ਅੰਤਲਾ ਦਿਆਂ ਯਾਰ ਹੈ ਆ ਦੇ ਆ ਦਿਖਾਓ ਸਾਰਾ ਹੁਣ ਦਿਖਾਓ ਯਾਰ ਆ ਜਿਹੜਾ ਹੈਗਾ ਆਸੇ ਪਾਸੇ ਮਾਹੌਲ ਉਹ ਦੇਖ ਆ ਯਾਰ ਬਾਬੇ ਦੀ ਫੋਟੋ ਏਡੀ ਉੱਚੀ ਲਾਈ ਵੀ ਹੈ ਮੰਨ ਕੇ ਚਲੋ ਤੁਸੀਂ ਜਿਹੜੀਆਂ ਮਲੇਸ਼ ਦੀਆਂ ਸਾਰੀਆਂ ਬਿਲਡਿੰਗਾਂ ਹੁਣ ਬਾਈ ਕਹਿੰਦਾ ਉੱਪਰ ਜਾਓਗਾ ਨਾ ਲੋਕੇਸ਼ਨ ਬੜੀ ਹੀ ਵਧੀਆ ਕਮੈਂਟ ਕਰੀ ਜਾਂਦਾ ਬਾਈ ਕੋਈ ਚਾਲ ਫਿਰ ਉੱਤੇ ਚੱਲ ਵੜਦੇ ਲਾ ਫਿਰ ਆਪਾਂ ਖਿੱਚੀ ਤੁਰ ਲੈ ਤੇ ਕਿ ਨਾ ਲਾ ਫਿਟਨੈਸ ਤੇ ਕਾਰ ਲਾ ਕੇ ਜਾਣਾ ਫਿਰ ਲਓ ਬਾਈ ਫਿਰ ਸ਼ੇਅਰ ਕਰੀ ਜਾਓ ਯਾਰ ਔਖਾ ਬਹੁਤ ਆ ਕੰਮ ਮੈਂ ਸਹੀ ਦੱਸਾਂ ਆ ਦੇਖ ਗੋਲੀਆਂ ਘਰੋਂ ਖਿਚਾਉਂਦੀਆਂ ਫੋਟੋਆਂ ਹੈਨਾ ਯਾਰ ਫੋਟੋਆਂ ਖਿਚਾਉਂਦਾ ਚਾਹੀਦਾ ਮੈਂ ਕਿ ਦੁਨੀਆਂ ਦੀ ਹਰ ਕੌਮ ਨੂੰ ਹੈਨਾ ਆਪਾਂ ਐਵੇਂ ਥੋੜ੍ਹੇ ਖਿੱਚਦੇ ਬਾਈ ਖਿੱਚਦਾ ਸਮਾਰ ਕੇ ਕਰ ਅਤੇ ਇੱਧਰ ਗੋਰੇ ਆਉਂਦੇ ਹੀ ਬਾਲੇ ਇਸ ਭਾਵੇਂ ਹਾਂ ਯਾਰ ਤੂੰ ਖੜ ਜਾ ਦੋ ਮਿੰਟ ਬੱਲੇ ਬੱਲੇ ਉਹ ਠੰਡ ਹੋ ਗਈ ਉਹ ਤਾਂ ਜਾ ਕੇ ਹਾਂ ਹੁਣ ਬਾਈ ਇੰਨਾ ਉੱਚਾ ਚੜ੍ਹ ਗਏ ਯਾਰ ਮਲੇਸ਼ੀਆ ਕੀ ਮੈਂ ਤਾਂ ਭੰਬੂ ਤਾਰੇ ਦਿਸਣ ਲਾ ਦੇ ਓਹੋ ਆਹ ਬਾਤੂ ਗੁਫਾਵਾਂ ਜਾ ਬਾਈ ਗੋਰੀ ਵੀ ਅੰਗਰੇਜ਼ਾਂ ਉਹਦੇ ਨਾਲ ਗੱਲਾਂ ਮਾਰੀਆਂ ਦੀ ਉਹ ਬਾਂਦਰ ਨਾਲ ਆਹ ਕੋਈ ਮੇਰੇ ਵਰਗਾ ਹੁਣ ਠੱਠ ਕਰਦਾ ਉਹਦੇ ਪਿਆਉਣੇ ਨੂੰ ਮੋਢਾਂ 'ਤੇ ਟੰਗ ਲਿਆ ਲੈ ਕੇ ਕੰਮ ਹੋਏ ਲੈ ਗਏ ਬਾਈ ਲਓ ਵੀ ਅੰਦਰੋਂ ਵੀ ਦਿਖਾਵਾਂਗੇ ਹੁਣ ਸੱਚੀ ਮੁੱਚੀ ਬਾਈ ਆ ਆਹ ਲਾਈਵ ਦਾ ਨਾ ਲੱਤਾਂ ਦੇ ਸਹਾਰੇ ਕੱਢੀ ਹੈ ਬਾਈ ਕਹਿੰਦਾ ਮੈਂ ਇੱਥੇ 3 ਸਾਲ ਰਿਹਾ ਹਾਂ ਲੋ ਬਈ ਐਂਡ ਹੋ ਗਿਆ ਜਮਾ ਓ ਹੋ ਹੋ ਦੇਖੋ ਯਾਰ ਸਿਰਾ ਕੰਮ ਆ ਬਾਈ ਉੱਤੋਂ ਹੀ ਦਿਖਾ ਦੇਣਾ ਤੁਹਾਨੂੰ ਮਲੇਸ਼ ਗੱਲ ਹੈ ਦੇਖੀ ਜਾਓ ਯਾਰ ਓ ਹੋ ਰੱਬਾ ਸਿਰਾ ਕੰਮ ਆ ਬਈ ਤੇ ਢਾਈ ਤਰੀਆ ਮੰਤਰ ਹੋ ਉੱਥੋਂ ਤੱਕ
गोरे काले हौली बॉर्डर वाले कहना निगाह रखना मेरे ते अमरीका तो लाओ फिर अमरीका चढ़ता गया मैं लगता नेड़े ही है काम बड़ा शेयर करो दब के हाँ देखो थले हूँ टावे टावे को दिखने लग गया नहीं चढ़िया कल तो यार बुढ़ी ने देख के तो मैनू भी लगता भी मैनू भी चढ़ जाना चाहिए है ना बेचारी वो तो ही जा बड़ी जी तो हूँ दिखाने वो आता आता रहा हूं सच में इतने बाली खासियत यह है सब तो भी इतने किसी पास पानी नहीं एंटर हुंदा ते पर इन्हां गुफावां दे विचों हमेशा ही पानी चाहता रहिंदा बई ये है बातू गुफावां आ देख लो वो तो लैके उपरों ये बातू केव्स इहदा नां है ना तो होर ठीक ठाक है बई आ देखो थोड़ा ब्राइटनेस वधा इत्थे मान लो मंदिर आ बई तो पानी लगभग इसे चाहता रहता इन्हू देखने वास्ते दुनिया भर के टूरिस्ट आते हैं मान लो गोरे काले जो भी सिस्टम है ना चाइनीज ठीक है हिंदुआ का है जोड़ा है पवित्र जगह तो वर्ल्ड की टूरिस्टा की सब तो जगह तो बंदर इतने आए आते बी जिमें मीह झगड़े आते होंगे ठीक है सो हम आप बातू केव जी अंदर चल रहे हैं ठीक है जितों तक ये लाइव चलिया जरूर दिखावे ठीक है इतने ये आपका लेंदे है जे इत्थे तुसीं कदे आए हो मतलब मलेशिया घूमना आया तो बातू केव्ज नहीं आए पर तुसीं कितें नहीं आए बई ठीक है ये मान लो भी इधरले पासे आरती चली जाती है इत्थे चलो परचेस करन वाले आ गए है ना तो ये यार जमा सिरा काम आ बई आ देख लो इत्थों लैके इधरों ये तो वध ही जाणगियां मैनूं लगदा काके सुन हूँ अंदर दिखाने बई बातू केव्स ठीक है श्री विलियाउथर मंदिर ये मान लो सारे आप हाँ बई नैटवर्क नहीं मिलना जाता चल जब तक मिलता उन्ना दिखा दें देखो कि फिट आ गो चाइनी जाओ ये जैकी चैन वर्गा तरह यार है ना घंट है यार इन्हों तो यार दो चार चीज़ा